ਇਸੇ ਵੇਲੇ ਜਦੋਂ ਪਿਆਰ ਮੁਹੱਬਤ ਦੀ ਗੱਲ ਹੁੰਦੀ ਤੇ ਫਿਰ ਫਰਮਾਉਂਦੇ ਨੇ ਜ਼ਰਾ ਫਿਰ ਮੈਨੂੰ ਉਹ ਸੁਣਾ, ਜ਼ਰਾ ਮੇਰੀ ਵੀ ਤਬੀਅਤ ਠੀਕ ਹੋ ਜਾਏ, ਸਕੂਨ ਹੋ ਜਾਏ। ਤਾਂ ਮੈਂ ਉਹੀ ਅਸ਼ਾਰ ਪੜ੍ਹਨਾ ਜਿਹੜੇ ਆ ਮੇਰੇ ਕੋਲ ਪਸੰਦ, ਬੜੀ ਮੁਹੱਬਤ ਨਾਲ ਟੈਲੀਫੋਨ 'ਤੇ ਸਮਾਤ ਫਰਮਾਉਂਦੇ ਨੇ। ਅੱਜ ਮੈਂ ਆਪਦੇ ਸਾਹਮਣੇ ਔਰ ਇਤਫਾਕ ਨਾਲ ਕੁਦਰਤੀ ਅੱਲਾ ਨੇ ਇਹ ਨਿਜ਼ਾਮ ਹੀ ਇੰਦਾ ਬਣਾਇਆ। ਕਦਰ ਨਬੀ ਦਾ ਕਮੀਨੇ, ਕਦਰ ਨਬੀ ਦਾ ਉਹ ਜਾਣ ਵਾਲੇ, ਹੱਥ ਲੜਾ ਕੇ ਆਖੋ ਕਦਰ ਨਬੀ ਦਾ ਉਹ ਜਾਣ ਵਾਲੇ, ਕਦਰ ਨਬੀ ਦਾ ਜਾਣ, ਹੱਥ ਲੜਾ ਕੇ ਆਖੋ ਜ਼ਰਾ ਕਦਰ ਨਬੀ ਦਾ ਜਾਣ ਵਾਲੇ, ਸੌ ਗਏ, ਹੱਥ ਲੜਾ ਕੇ, ਹੱਥ ਲੜਾ ਕੇ ਜ਼ਰਾ, ਸੌ ਗਏ ਵਿੱਚ ਮਦੀਨੇ, ਬੁਲਬੁਲ ਜਾਣੇ ਸਾਫ ਦਮਾਗਾ ਵਾਲੀ, ਇਹ ਕਦਰ ਫੁੱਲਾਂ ਦਾ ਬੁਲ ਸਾਫ ਦਮਾਗਾ ਵਾਲੀ, ਕਦਰ ਫੁੱਲਾਂ ਦਾ ਉਹ ਗਿਰਜ ਕੀ ਜਾਣੇ, ਮੁਰਦੇ ਖਾਵਣ ਵਾਲੀ, ਸੇ ਬੁਲਬੁਲ ਕੀ ਏ ਫੁੱਲ ਕੀ ਏ ਗਿਰਜ ਕੀ ਅਤੇ ਮੁਰਦਾਰ ਕੀ ਏ। ਉਸਤਾਦਾਂ ਦੀ ਮੌਜੂਦਗੀ ਵਿੱਚ ਕਈ ਮਰਤਬਾ ਗੁਜ਼ਾਰਿਸ਼ ਕੀਤੀ ਆਪ ਤੇ ਸੀਨ ਫਰਮਾਉਂਦੇ ਨੇ, ਹੁਣ ਤੁਸੀਂ ਵੀ ਬੋਲੋਗੇ, ਬੁੱਲ ਬੁੱਲ ਕੌਣ ਤੇ ਫੁੱਲ ਕੌਣ, ਫੁੱਲਿਆਂ ਮੈਨਾਂ ਦਾ ਲਾਲ, ਬੁੱਲ ਬੁੱਲ ਇਸ਼ਕ ਰਸੂਲ। ਉਸ ਨਬੀ ਦੇ ਆਸ਼ਕ ਨੇ ਆਖਿਆ ਫੁੱਲ ਤੋਂ ਮੁਰਾਦ ਕੌਣ, ਰੱਬ ਦਾ ਰਸੂਲ, ਬੁਲਬੁਲ ਤੋਂ ਮੁਰਾਦ ਕੌਣ, ਸੱਚਾ ਆਸ਼ਕ ਰਸੂਲ, ਤੇ ਗਿਰਜ ਤੋਂ ਮੁਰਾਦ, ਗਿਰਜ ਤੋਂ ਮੁਰਾਦ ਕੌਣ, ਤੇ ਮੁਰਦਾਰ ਤੋਂ ਮੁਰਾਦ ਕੀ ਏ, ਉਹ ਮੁਰਦਾਰ ਗੁਸਤਾਖੀ ਏ ਰਸੂਲ, ਉਹ ਗੁਸਤਾਖੀ ਏ ਰਸੂਲ, ਤੇ ਗਿਰਜ ਗੁਸਤਾਖ ਏ ਰਸੂਲ। ਕੁਰਬਾਨ ਜਾਵਾਂ, ਉਹ ਜਿਵੇਂ ਫੁੱਲ ਦੀ ਕਦਰ ਪੁੱਲ ਪੁੱਲ ਜਾਣਦਾ, ਐਵੇਂ ਕਮਲੀ ਵਾਲੇ ਦੀ ਕਦਰ ਨਬੀ ਦਾ ਆਸ਼ਿਕ ਜਾਣ। ਔਰ ਕਦਰ ਜਿਹੜੇ ਬਿਲਕੁਲ ਕੁੰਜੇ ਕੁੰਜੇ ਲੱਗੇ ਫਿਰਦੇ ਨੇ, ਕਈ ਬੰਦੇ ਆਉਂਦੇ ਨੇ, ਉਹ ਫਲਾਣਾ ਪੀਰ ਬੜੀ ਤਕਰੀਰ ਕਰਦਾ, ਫਲਾਣਾ ਮੌਲਵੀ ਬੜੀ ਤਕਰੀਰ ਕਰਦਾ। ਮੈਂ ਅੱਜ ਵੀ ਉਸਤਾਦ ਨੂੰ ਦੱਸ ਰਿਹਾ ਸਾਂ, ਮੈਂ ਕਿਹਾ ਜ਼ਰੂਰ ਮੇਰੀ ਤਸ਼ੀਹ ਕਰ ਦੋ ਜੇ ਮੈਂ ਗਲਤ ਹੋਵਾਂ ਤੇ। ਤਕਰੀਰ ਨਬੀ ਦੀ ਸ਼ਾਨ ਵਿੱਚ ਕਰਨਾ ਔਰ, ਤੇ ਨਬੀ ਦੀ ਸ਼ਾਨ ਤੇ ਪੈਰਾ ਦੇਣਾ